रेडी हो गया जी। अरे आओ जी, नहीं था पूरे। चलो जी, हाँ जी, अज असी आए हैं बल्ली चाप केसी रोड बरनाला पे। ते पहला चाप दे विच बहुत ज़्यादा मकबूल सीगे भाई यार के, ते नौजवान देखो दस्तारा बनिया हुई इन्हां दे, सारे दस्तारा वाले आ लगभग जिहड़े नौजवान ने साडे अंदर जिहड़े काम कर रहे, बड़े वधिया तरीके नाल कर रहे ने। ते चाप भी ये बनाउंदे, ते इन्हां ने नवीं रेसिपी जिहड़ी तैयार कीती हैगी हुण, ते उहदे संबंध ते असीं इत्थे आए सीगे, अज तुहानूं बनाउंदे असीं दिखाउणे आ भी इह किद्दां तैयार करदे ने। ਹਾਂਜੀ, ਪਹਿਲਾਂ ਤੁਸੀਂ ਪਹਿਲੀ ਸਾਹਿਬ ਚਾਂਪ ਬਣਾਉਂਦੇ ਹੁੰਦੇ ਸੀ ਹੈ ਨਾ ਜੀ? ਹਾਂਜੀ, ਚਾਂਪ ਵੀ ਹੁਣ ਹੈਗੀ ਆ ਨਾਲ ਤੁਹਾਡੇ? ਹਾਂਜੀ ਹਾਂਜੀ, ਚਾਂਪ ਵੀ ਹੈਗੀ ਆ ਜੀ। ਅੱਛਾ, ਠੀਕ ਹੈ। 5-6 ਤਰ੍ਹਾਂ ਦੀ ਆਪਣੇ ਕੋਲ ਚਾਂਪ ਆ। ਹਾਂਜੀ, ਤੇ ਜਿਹੜੀਆਂ ਮੋਡੀਫਾਈ ਕਰਕੇ ਪਹਿਲਾਂ ਹੁੰਦੀਆਂ ਸੀ, ਉਹਨਾਂ ਨੂੰ ਵਧੀਆ ਮੋਡੀਫਾਈ ਕਰਕੇ ਹੋਰ ਤਰੀਕੇ ਨਾਲ ਬਣਾ ਕੇ ਲੈ ਕੇ ਆਇਆ ਹੁਣ ਆਪਾਂ। ਅੱਛਾ ਅੱਛਾ, ਤੇ ਹੁਣ ਆਪਾਂ ਵੈਜੀਟੇਬਲ ਸ਼ਵਰਮਾ ਲੈ ਕੇ ਆਏ ਆ। ਅੱਛਾ ਜੀ, ਜਿਹੜਾ ਨੇਮ ਕੀ ਹੈ ਜੀ ਇਹਦਾ, ਜਿਹੜਾ ਇਹ ਬਣਾ ਰਹੇ ਆ? ਇਹ ਹੈਗਾ ਜੀ ਵੈਜ ਸ਼ਵਰਮਾ। ਅੱਛਾ, ਇਹ ਲੋਕਾਂ ਵਾਲਾ। ਹਾਂਜੀ, ਇਹ ਤੁਸੀਂ ਦੇਖ ਹੀ ਰਹੇ ਹੋ ਲੋਕ ਵਾਈਜ਼। ਜ਼ਿਆਦਾਤਰ ਤੁਹਾਡੇ ਗੁਰਸਿੱਖ ਨੇ ਨਾ, ਗੁਰਸਿੱਖ ਨੌਜਵਾਨ, ਬਹੁਤ ਖੁਸ਼ੀ ਹੋਈ। ਇਹ ਇਹਨਾਂ ਦਾ ਮੈਨੂ ਹੈਗਾ, ਤੇ ਕੰਮ ਕਰ ਰਿਹਾ ਬਹੁਤ ਤਰੀਕੇ ਨਾਲ, ਸਫਾਈ ਦੇ ਨਾਲ ਕਰ ਰਿਹਾ ਮੈਨੂ ਆ ਜਿਹੜਾ ਆਪਾਂ ਹੁਣ ਲਾਂਚ ਕੀਤੀਆਂ ਨੇ ਚੀਜ਼ਾਂ ਜੀ। ਅੱਛਾ, ਠੀਕ ਹੈ ਜੀ, ਇਹਨਾਂ ਦਾ ਨਵਾਂ ਮੈਨੂ ਆ ਜਿਹੜਾ ਇਹਨਾਂ ਨੇ ਲਾਂਚ ਕੀਤਾ ਗਾ ਜੀ। ਬਹੁਤ ਵਧੀਆ ਤੇ ਸ਼ਾਨਦਾਰ ਆਈਟਮਾਂ ਨੇ ਖਾਣੇ ਦੇ ਲਈ, ਤੇ ਜਿਹੜੀਆਂ ਨੌਨ ਵੈਜ ਵਾਂਗੂ ਦਿਖਦੀਆਂ ਨੇ ਪਰ ਹੈ ਵੈਜ ਨੇ। ਬਹੁਤ ਸਫਾਈ ਦੇ ਨਾਲ ਜਿਹੜਾ ਬਣਾਉਂਦੇ ਨੇ ਵੀਰ ਵਰਗੇ। ਇਹਦੇ ਚ ਆਪਣੇ ਕੋਲ ਮਤਲਬ 5-6 ਤਰ੍ਹਾਂ ਦੀ ਵੈਰਾਈਟੀ ਆ। ਅੱਛਾ, 5-6 ਤਰ੍ਹਾਂ ਦੀ ਵੈਰਾਈਟੀ, ਠੀਕ ਆ ਜੀ। ਜੇ ਮਤਲਬ ਜਿਹੜਾ ਇਹ ਬਣ ਰਿਹਾ ਹੈਗਾ, ਇਹਦਾ ਬਿਲਕੁਲ ਸਰ, ਪਹਿਲਾਂ ਅੱਜ ਤੁਹਾਡੇ ਅਸੀਂ ਇਹ ਖਾਵਾਂਗੇ, ਫੇਰ ਆਵਾਂਗੇ ਤੁਹਾਡੇ ਕੋਲ, ਤੇ ਅਸੀਂ ਦਰਸ਼ਕਾਂ ਨੂੰ ਵੀ ਕਹਿਣੇ ਹੈਗੇ ਆਪਣਿਆਂ ਨੂੰ, ਤੇ ਤੁਸੀਂ ਜ਼ਰੂਰ ਇੱਥੇ ਇਹਨਾਂ ਦਾ ਟੇਸਟ ਦੇਖ ਕੇ ਜਾਓ। ਬਹੁਤ ਵਧੀਆ ਬਣਾਉਂਦੇ ਨੇ, ਬਹੁਤ ਮਸ਼ਹੂਰ ਨੇ। ਕਿੰਨਾ ਟਾਈਮ ਹੋ ਗਿਆ ਸਰ ਤੁਹਾਨੂੰ ਇੱਥੇ? ਆਪਣੇ 5 ਸਾਲ ਹੋ ਗਏ ਜੀ। 5 ਸਾਲ ਹੋ ਗਏ ਪੂਰੇ? ਅੱਛਾ, ਠੀਕ ਹੈ ਜੀ। ਦੇਖੋ ਸਰ, ਇਹ ਨੇ ਸਾਡੇ ਬੱਲੀਜ਼, ਅਤੇ ਜਿਨ੍ਹਾਂ ਦੇ ਨੇਮ 'ਤੇ ਇਹ ਦੁਕਾਨ ਆਪਣੀ ਸ਼ੋਪ ਆ ਗਈ, ਅਤੇ ਜਿੱਥੇ ਬੜਾ ਵਧੀਆ ਖਾਣਾ ਬਣਾਉਂਦੇ ਨੇ ਖਾਣ ਦੇ ਲਈ। ਅਤੇ ਕਿੰਨੇ ਕੁ ਵਜੇ ਸਰ ਤੁਸੀਂ ਆ ਜਾਂਦੇ ਹੋਗੇ? 4 ਵਜੇ ਸ਼ੁਰੂ ਹੋ ਜਾਂਦਾ। ਅੱਛਾ, 4 ਵਜੇ ਸ਼ੁਰੂ ਹੋ ਜਾਂਦਾ, 4 ਤੋਂ 9 ਵਜੇ ਤੱਕ ਜੀ। 4 ਤੋਂ 9 ਵਜੇ ਤੱਕ ਰਾਤ ਦੇ ਜੀ ਤੁਸੀਂ, ਬਿਲਕੁਲ ਜਿਹੜਾ ਤੁਹਾਡਾ ਸਵਾਦ ਆ ਬਣਿਆ ਰਹਿੰਦਾ ਹੈ, ਠੀਕ ਹੈ ਜੀ। ਬਹੁਤ ਵਧੀਆ ਚੀਜ਼ ਆ। ਅਤੇ ਇਹਨੂੰ ਕਿੰਨੇ ਕੁ ਦਿਨ ਹੋ ਗਏ ਤੁਹਾਡੇ ਨੂੰ ਸਰ ਇਹਨੂੰ ਸਟਾਰਟ? ਇਹ ਅੱਜ 3rd day ਆ ਜੀ। ਅੱਛਾ, ਲਗਭਗ 8:30 7:30 ਖਤਮ ਹੋ ਜਾਂਦਾ, 8:30 ਵਜੇ। ਹਾਂ ਹਾਂ, ਬਿਲਕੁਲ ਖਤਮ ਹੋ ਜਾਂਦਾ ਜੀ। ਹਾਂ ਬਿਲਕੁਲ। ਅੱਛਾ ਜੀ, ਜਿੰਨੀ ਕੁ ਤੁਸੀਂ ਕੁਆਂਟਿਟੀ ਚ ਬਣਾ ਕੇ ਲੈ ਜਾਂਦਾ ਲੱਗ ਜਾਂਦਾ? ਬਿਲਕੁਲ, ਠੀਕ ਹੈ, ਠੀਕ ਹੈ ਸਰ। ਅਤੇ ਔਨਲਾਈਨ ਵੀ ਫਿਰ ਇਹ ਸਰ ਤੁਸੀਂ ਜਾਂਦਾ ਗਾ ਜਿੱਦਾਂ? ਔਨਲਾਈਨ ਹਜੇ ਨਹੀਂ, ਕਿਉਂਕਿ ਜੋਮੈਟੋ ਸਵੀਗੀ ਤੇ ਸਾਡਾ ਹੈਗਾ ਗਾ ਜੀ। ਹਾਂਜੀ, ਪਰ ਮਤਲਬ ਹਜੇ ਸਾਡੇ ਕੋਲ ਆਰਡਰ ਮਤਲਬ ਸਾਡੇ ਕੋਲ ਪਰਸਨਲ ਇੰਨੇ ਜ਼ਿਆਦਾ ਹੋ ਜਾਂਦੇ ਨੇ, ਸਾਡੇ ਕੋਲ ਆਰਡਰ ਅਸੈਪਟ ਹੀ ਨਹੀਂ ਹੋਣੇ। ਅੱਛਾ ਸਰ, ਇਸ ਕਰਕੇ ਬੰਦ ਰੱਖਿਆ ਕਿਉਂਕਿ ਕਰਾਊਡ ਜ਼ਿਆਦਾ ਹੋਇਆ। ਅੱਛਾ, ਬਿਲਕੁਲ ਬਿਲਕੁਲ ਸਰ, ਠੀਕ ਹੈ ਸਰ, ਠੀਕ ਹੈ। ਬਹੁਤ ਵਧੀਆ ਤੁਸੀਂ ਬਣਾ ਰਹੇ ਹੋ ਅਤੇ ਤੈਨੂੰ ਪਤਾ ਲੱਗਦਾ ਬਾਈ ਕਿ ਆਹ ਦੇਖੋ ਜੀ, ਇਹ ਜਿਹੜਾ ਤਿਆਰ ਹੋ ਚੁੱਕਿਆ ਹੈਗਾ ਪਨੀਰ ਟਿੱਕਾ। ਹਾਂਜੀ ਸਰ, ਜਿਹੜਾ ਤੁਸੀਂ ਇਹ ਬਣਾਇਆ ਹੈਗਾ ਬਹੁਤ ਵਧੀਆ ਸਾਨੂੰ ਲੱਗਿਆ ਬੱਲੀ ਜੀ, ਅਤੇ ਅਸੀਂ ਤਾਂ ਕਾਮਨਾ ਕਰਦੇ ਹਾਂ ਤੁਸੀਂ ਬਹੁਤ ਤਰੱਕੀਆਂ ਕਰੋ, ਅਤੇ ਤੁਹਾਡੀ ਦੁਕਾਨ ਆ ਜਿਹੜੀ ਹੋਰ ਵੀ ਵੱਡੀ ਹੋਵੇ, ਅਤੇ ਤੁਹਾਡੀਆਂ ਫਰੈਂਚਾਈਜ਼ੀਆਂ ਜਿੱਦਾਂ ਹੋਣ, ਜਿੱਦਾਂ ਹੁੰਦੀਆਂ ਨੇ ਡੋਮੀਨੋਜ਼ ਹੋ ਗਿਆ ਇੱਦਾਂ ਹੋਣ, ਹੈ ਨਾ ਜੀ? ਚਲੋ ਠੀਕ ਹੈ ਜੀ, ਜ਼ਰੂਰ ਤੁਸੀਂ ਇੱਥੇ ਦਰਸ਼ਨ ਦਿਓ, ਅਤੇ ਜਿਹੜੇ ਟੇਸਟ ਆ ਤੁਸੀਂ ਜ਼ਰੂਰ ਦੇਖਿਓ।
ਆ ਸਾਡੇ ਮਿੱਤਰ ਵੀ ਖੜੇ ਆ ਉਧਰ ਹਾਂਜੀ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦਾ ਚਾਪ ਜੀ ਮੇਰੇ ਬਹੁਤ ਵਧੀਆ ਲੱਗੀ ਨਵੀਂ ਆਈਟਮ ਅੱਛਾ ਨਵੀਂ ਆਈਟਮ ਆ ਜੀ ਹਾਂ ਅਤੇ ਇੱਕ ਉਹ ਦੂਸਰੀ ਬਣਾਉਂਦੇ ਜੀ ਇਹ ਕੀ ਕਹਿੰਦੇ ਹੁੰਦੇ ਆਪਣਾ ਉਹਦਾ ਤਾਂ ਨਹੀਂ ਟੇਸਟ ਦੇਖਿਆ ਤੁਸੀਂ ਆਪਣਾ ਇਹ ਕੀ ਕਹਿੰਦੇ ਹੁੰਦੇ ਉਹਨੂੰ ਸਵਰਮਾ ਖਾ ਚੁੱਕੇ ਵੀਰ ਪਹਿਲਾਂ ਹੁਣੇ ਖਾ ਕੇ ਅੱਛਾ ਉਹ ਵੀ ਖਾ ਚੁੱਕੇ ਤੁਸੀਂ ਬਹੁਤ ਟੇਸਟੀ ਆਣਾ ਜੀ ਨਵੀਂ ਆਈਟਮ ਹਾਂ ਹਾਂ ਬਿਲਕੁਲ ਆਹ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਅਤੇ ਪੂਰੇ ਮਸ਼ਹੂਰ ਨੇ ਮੁੰਡੇ ਇਹ ਜਿਹੜੇ ਇਹ ਬਣਾਉਂਦੇ ਨੇ ਸਿੱਖ ਨੌਜਵਾਨ ਪਗੜੀ ਧਾਰੀ ਨੇ ਸਾਰੇ ਦੇਖੋ ਸਾਰੀ ਫੈਮਿਲੀ ਆ ਜਿਹੜੀ ਇਹ ਇੱਥੇ ਕੰਮ ਕਰਦੀ ਆ ਕੇ ਸੀ ਰੋਡ ਦੇ ਉੱਪਰ ਆ ਇਹ ਬਰਨਾਲੇ ਅਤੇ ਵਧੀਆ ਇਹਨਾਂ ਦਾ ਜਿਹੜਾ ਖਾਣਾ ਗਾ ਅਤੇ ਜਿਹੜਾ ਇੱਥੇ ਬਣਾਇਆ ਜਾਂਦਾ ਅਤੇ ਆਪਣੇ ਆਪ ਲੋਕ ਇੱਥੇ ਖਿੱਚੇ ਤੁਰੇ ਆਉਂਦੇ ਆ ਦੇਖੋ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਅਤੇ ਆਪਣੇ ਆਪ ਖਾਂਦੇ ਨੇ ਸਰਦਾਰ ਨੌਜਵਾਨ ਠੀਕ ਆ ਜੀ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਚੱਲੀਏ ਹਾਂ ਲੋਕ ਉਹਦਾ ਲੈ ਲਿਆ ਬਹੁਤ ਸੋਹਣਾ ਉਹ ਬੱਲੀ ਜਾ ਸੱਜੀ ਸਾਈਡ ਦੂਸਰੀ ਸਾਈਡ ਉਹਦਾ ਬਰਦਰ ਆ ਠੀਕ ਆ ਜੀ ਮਿਲਦੇ ਹਾਂ ਅਗਲੀ ਵੀਡੀਓ ਠੀਕ ਆ ਵੀਰੇ ਬੱਲੀ ਠੀਕ ਆ ਜੀ ਬਹੁਤ ਵਧੀਆ ਸੀਗਾ ਜੀ ਬਹੁਤ ਵਧੀਆ ਓਕੇ